ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਲੁਧਿਆਣਾ ਵਿੱਚ ਕਿਸ ਨੇ ਕੀਤੀ ਅਪੀਲ ਕਿ ਮਸਜਿਦ ਦੇ ਸ਼ਾਹੀ ਇਮਾਮ ਜੁਮੇ ਦੀ ਨਮਾਜ਼ ਤੋਂ ਬਾਅਦ ਪਾਕਿਸਤਾਨ ਵਿੱਚ ਹੋਈ ਬੇਅਦਬੀ ਦੇ ਖਿਲਾਫ ਦਰਜ ਕਰਵਾਉਣ ਸ਼ਿਕਾਇਤ। ਦੇਖੋ ਸ਼੍ਰੀ ਨਨਕਾਣਾ ਸਾਹਿਬ ਦੇ ਉੱਤੇ ਪਥਰਾਵ ਹੋਇਆ ਔਰ ਮੁਸਲਿਮ ਭਾਈਚਾਰੇ ਨੇ ਕੀਤਾ ਹੈਗਾ। ਇੱਕ ਪਾਸੇ ਤਾਂ ਤੁਸੀਂ ਸਿੱਖ ਲੜਕੀ ਨੂੰ ਹਥਿਆਰਾਂ ਦੀ ਲੋਕ 'ਤੇ ਅਗਵਾ ਕਰਕੇ ਲੈ ਕੇ ਜਾਂਦੇ ਹੋ, ਫਿਰ ਤੁਸੀਂ ਉਸ ਦੇ ਖਿਲਾਫ ਜੇ ਲੋਕ ਆਵਾਜ਼ ਉਠਾਉਂਦੇ ਹੈਗੇ ਆ ਤਾਂ ਤੁਸੀਂ ਨਨਕਾਣਾ ਸਾਹਿਬ ਜਿਹੜਾ ਸਾਡਾ ਪਵਿੱਤਰ ਸਥਾਨ ਹੈਗਾ ਉਹਦੇ 'ਤੇ ਪਥਰਾਅ ਕਰਦੇ ਹੋ, ਫਿਰ ਕਹਿੰਦੇ ਹੋ ਵੀ ਇੱਥੇ ਅਸੀਂ ਸਿੱਖ ਨਹੀਂ ਰਹਿਣ ਦੇਣੇ, ਫਿਰ ਤੁਸੀਂ ਕਹਿੰਦੇ ਹੋ ਵੀ ਅਸੀਂ ਨਨਕਾਣਾ ਸਾਹਿਬ ਦਾ ਨਾਂ ਬਦਲਣਾ। ਇਹ ਨਾ ਹੋਵੇ ਕਿਤੇ ਪਾਕਿਸਤਾਨ ਹੀ ਆਪਣਾ ਜਿਹੜਾ ਹੈਗਾ ਜਿਹੜਾ ਉੱਥੇ ਦਾ ਵਜੂਦ ਖਤਮ ਕਰ ਪਏ। ਨਿੰਦਣਯੋਗ ਘਟਨਾ ਹੋਈ ਹੈ, ਨਨਕਾਣਾ ਸਾਹਿਬ 'ਤੇ ਹਮਲਾ। ਇਹ 1984 ਜਿਹਦੇ ਦਾ ਦਰਬਾਰ ਸਾਹਿਬ 'ਤੇ ਹਮਲਾ ਆਇਆ ਸੀ, ਸੇਮ ਉਹੀ ਤਰਜ 'ਤੇ ਕੰਮ ਹੋਇਆ। ਹਸਨ ਨਾਮ ਦਾ ਇੱਕ ਕੁੱਤਾ, ਜਿਹੜਾ ਅਸੀਂ ਮੁਸਲਮਾਨ ਨਹੀਂ ਕਹਿੰਦੇ, ਕਾਫਿਰ ਹੁੰਦਾ ਜਿਹੜਾ, ਕਿਉਂਕਿ ਸੱਚਾ ਮੁਸਲਮਾਨ ਹੁੰਦਾ ਜਿਹੜਾ ਹਰ ਧਰਮ ਦੀ ਜਿਹੜੀ ਸੁਰੱਖਿਆ ਦੀ ਗੱਲ ਕਰਦਾ, ਧਰਮ ਦੀ ਗੱਲ ਕਰਦਾ, ਉਹ ਕਾਫਿਰ ਨੇ 7 ਘੰਟੇ ਕੁੱਤਾ ਖੁੱਲ੍ਹਾ ਘੁੰਮਦਾ ਰਿਹਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਜੋ ਕੁਝ ਵੀ ਵਾਪਰਿਆ ਉਹ ਬਹੁਤ ਹੀ ਦੁਖਦਾਈ ਹੈ ਅਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਜਿਸ ਨੇ ਵਲੂੰਦਰ ਕੇ ਰੱਖ ਦਿੱਤੀਆਂ ਹੈ। ਮੁਹੰਮਦ ਹੁਸੈਨ ਇੱਕ ਅਜਿਹਾ ਸ਼ਖਸ ਜਿਸ ਨੇ ਪਹਿਲਾਂ ਗ੍ਰੰਥੀ ਦੀ ਧੀ ਦੇ ਨਾਲ ਜ਼ਬਰਦਸਤੀ ਆਪਣੇ ਪਰਿਵਾਰਕ ਮੈਂਬਰ ਦਾ ਨਿਕਾਹ ਪੜਵਾਇਆ ਅਤੇ ਉਸ ਤੋਂ ਬਾਅਦ ਹੁਣ ਉਸ ਨੇ ਅਜਿਹਾ ਗੁਨਾਹ ਕੀਤਾ ਜਿਸ ਨੂੰ ਕੌਮ ਕਦੇ ਮੁਆਫ਼ ਨਹੀਂ ਕਰ ਸਕਦੀ, ਜਿਸ ਦੇ ਚੱਲਦਿਆਂ ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਅਤੇ ਸਿੱਖ ਨੇਤਾ ਸੁਖਮਿੰਦਰਪਾਲ ਗਰੇਵਾਲ ਨੇ ਸਿੱਖ ਸੰਗਤ ਅੱਗੇ ਬੇਨਤੀ ਕੀਤੀ ਹੈ ਕਿ 10 ਤਰੀਕ ਨੂੰ ਉਹ ਆਪਣੇ ਨਜ਼ਦੀਕੀ ਗੁਰਦੁਆਰਿਆਂ ਵਿੱਚ ਅਰਦਾਸ ਕਰਨ ਅਤੇ ਉਸੇ ਦੌਰਾਨ ਜੁਮੇ ਦੀ ਨਮਾਜ਼ ਤੋਂ ਬਾਅਦ ਮਸਜਿਦ ਦੇ ਇਮਾਮ ਪਾਕਿਸਤਾਨ ਸਥਿਤ ਪਵਿੱਤਰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿੱਚ ਹੋਏ ਹਮਲੇ ਦੀ ਬੇਅਦਬੀ ਦੀ ਸ਼ਿਕਾਇਤ ਵੀ ਦਰਜ ਕਰਵਾਉਣ। ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਵਸਦੇ ਕੁਝ ਜੋ ਸ਼ਰਾਰਤੀ ਅਨਸਰ ਹੈ ਨੇ ਜੋ ਸ਼੍ਰੀ ਨਨਕਾਣਾ ਸਾਹਿਬ ਦਾ ਨਾਮ ਬਦਲਣ ਦੀ ਗੱਲ ਕਰ ਰਹੇ ਨੇ, ਉਹ ਪਾਕਿਸਤਾਨ ਦਾ ਜਾਣੇ ਅਣਜਾਣੇ ਕਾਣ ਕਰ ਰਹੇ ਨੇ। ਕਿਤੇ ਅਜਿਹਾ ਨਾ ਹੋਵੇ ਕਿ ਪਾਕਿਸਤਾਨ ਆਪਣਾ ਵਜੂਦ ਹੀ ਖਤਮ ਕਰ ਬੈਠੇ। ਉੱਥੇ ਇਸ ਹੰਗਾਮੀ ਮੀਟਿੰਗ ਵਿੱਚ ਮੌਜੂਦ ਬੀਜੇਪੀ ਦੇਹਾਤੀ ਦੇ ਜ਼ਿਲ੍ਹਾ ਸਚਿਵ ਚਮਕੌਰ ਸਿੰਘ ਪੰਧੇਰ ਨੇ ਕਿਹਾ ਕਿ ਗੁਰੂਘਰ 'ਤੇ ਹਮਲਾ ਨਿੰਦਣਯੋਗ ਹੈ। ਉਹਨਾਂ ਨੇ ਪਾਕਿਸਤਾਨ ਅਤੇ ਉੱਥੇ ਦੀ ਆਵਾਮ ਵਿੱਚ ਸ਼ਾਮਿਲ ਸ਼ਰਾਰਤੀ ਅਨਸਰਾਂ ਨੂੰ ਸਿੱਧੀ ਚੁਣੌਤੀ ਦਿੰਦਿਆਂ ਹੋਇਆਂ ਕਿਹਾ ਕਿ ਉਹ ਆਪਣੀਆਂ ਅਜਿਹੀਆਂ ਘਟੀਆ ਹਰਕਤਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਇਸ ਦੇ ਬਹੁਤ ਖਤਰਨਾਕ ਅੰਜਾਮ ਇਹਨਾਂ ਨੂੰ ਭੁਗਤਣੇ ਪੈਣਗੇ। ਦੇਖੋ ਸ਼੍ਰੀ ਨਨਕਾਣਾ ਸਾਹਿਬ ਦੇ ਉੱਤੇ ਪਥਰਾਅ ਹੋ ਰਿਹਾ ਔਰ ਮੁਸਲਿਮ ਭਾਈਚਾਰੇ ਨੇ ਕੀਤਾ ਹੈਗਾ। ਇੱਕ ਪਾਸੇ ਤਾਂ ਅਸੀਂ 550 ਸਾਲਾਂ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਨਾ ਰਹੇ ਹੈਗੇ ਹਾਂ ਔਰ ਦੁਨੀਆ ਭਰ ਦੀ ਸਿੱਖ ਸੰਗਤ ਗੁਰੂ ਨਾਨਕ ਲੇਵਾ ਸੰਗਤ ਲੱਗੀ ਹੋਈ ਆ ਔਰ ਉੱਥੇ ਇਹੋ ਜਿਹਾ ਕੁਛ ਹੋਵੇ ਤਾਂ ਉਹ ਬਿਲਕੁਲ ਬਰਦਾਸ਼ਤ ਤੋਂ ਬਾਹਰ ਆ ਔਰ ਉਹਨਾਂ ਨੇ ਬਜਰ ਔਰ ਘੋਰ ਜਿਹੜਾ ਅਪਰਾਧ ਕੀਤਾ ਹੈਗਾ। ਇੱਕ ਪਾਸੇ ਤਾਂ ਤੁਸੀਂ ਸਿੱਖ ਲੜਕੀ ਨੂੰ ਹਥਿਆਰਾਂ ਦੀ ਨੋਕ 'ਤੇ ਅਗਵਾ ਕਰਕੇ ਲੈ ਕੇ ਜਾਂਦੇ ਹੋ, ਫਿਰ ਤੁਸੀਂ ਉਸ ਦੇ ਖਿਲਾਫ ਜੇ ਲੋਕ ਆਵਾਜ਼ ਉਠਾਉਂਦੇ ਹੈਗੇ ਆ ਤਾਂ ਤੁਸੀਂ ਨਨਕਾਣਾ ਸਾਹਿਬ ਜਿਹੜਾ ਸਾਡਾ ਪਵਿੱਤਰ ਸਥਾਨ ਹੈਗਾ ਉਹਦੇ 'ਤੇ ਪਥਰਾਅ ਕਰਦੇ ਹੋ, ਫਿਰ ਕਹਿੰਦੇ ਹੋ ਵੀ ਇੱਥੇ ਅਸੀਂ ਸਿੱਖ ਨਹੀਂ ਰਹਿਣ ਦੇਣੇ, ਫਿਰ ਤੁਸੀਂ ਕਹਿੰਦੇ ਹੋ ਵੀ ਅਸੀਂ ਨਨਕਾਣਾ ਸਾਹਿਬ ਦਾ ਨਾਂ ਬਦਲਣਾ। ਇਹ ਨਾ ਹੋਵੇ ਕਿਤੇ ਪਾਕਿਸਤਾਨ ਹੀ ਆਪਣਾ ਜਿਹੜਾ ਹੈਗਾ ਜਿਹੜਾ ਉੱਥੇ ਦਾ ਵਜੂਦ ਖਤਮ ਕਰ ਬੈਠੇ, ਕਿਉਂਕਿ ਇਹਨਾਂ ਨੇ ਸਿੱਖਾਂ ਦਾ ਜਿਹੜਾ ਹੈਗਾ ਇਤਿਹਾਸ ਨਹੀਂ ਪੜ੍ਹਿਆ ਹੈਗਾ ਔਰ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹੈਗੀਆਂ ਔਰ ਇਹ ਧੱਕਾ ਧੋਖਾ ਹੋਇਆ।
ਸੰਸਾਰ ਭਰ ਦੀ ਗੁਰੂ ਨਾਨਕ ਲੇਵਾ ਸੰਗਤ ਨੂੰ ਕਹੂੰਗਾ, ਬਾਬਾ ਜੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਇਹੀ ਆ, ਪਥਰਾ ਹੋਇਆ ਹੈਗਾ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਸਹਿਯੋਗੀਆਂ ਨੂੰ ਨਾਲ ਲੈ ਕੇ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਨੇੜੇ ਦਾ ਹੈਗਾ ਮਸਜਿਦ ਦੇ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸ਼ਾਂਤੀਪੂਰਵਕ ਛੋਟੇ ਛੋਟੇ ਜਿਹੜੇ ਇਕੱਠਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਜਾ ਕੇ ਜਿਹੜੇ ਉਹਨਾਂ ਦੇ ਇਮਾਮ ਨੇ ਉਹਨਾਂ ਨੂੰ ਅਲਾਂਬਾ ਦੇਣ ਵੀ ਜਿਹੜੇ ਪਾਕਿਸਤਾਨੀ ਲੋਕ ਨੇ ਉਹ ਬਾਜ ਆਉਣ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਔਰ ਜਿਹੜੇ ਸਾਡੇ ਮੁਲਕ ਦੇ ਵਿਚਲੇ ਪਾਕਿਸਤਾਨ ਲੋਕ ਨੇ ਜਿਨ੍ਹਾਂ ਦੀ ਪਾਕਿਸਤਾਨ ਦੇ ਵਿੱਚ ਰਿਸ਼ਤੇਦਾਰੀ ਆ ਮੁਸਲਮਾਨਾਂ ਦੀ, ਉਹ ਆਪਦਾ ਸੁਨੇਹਾ ਪੜਦਾ ਕਰਨ। ਨਹੀਂ ਤਾਂ ਜਿਹੜਾ ਭਵਿੱਖ ਜਿਹੜਾ ਹੈਗਾ ਉਹ ਉਸ ਜਿਹੜਾ ਸਮਾਂ ਹੈਗਾ ਉਹ ਕਦੇ ਕਿਸੇ ਨੂੰ ਮਾਫ਼ ਨਹੀਂ ਕਰਦਾ ਹੈਗਾ। ਅੱਜ ਜੇ ਉਹਨਾਂ ਨੇ ਹੱਥ ਚੱਕਿਆ ਹੈਗਾ ਗੁਰਦੁਆਰਾ ਸਾਹਿਬ ਦੇ ਪਥਰਾਅ ਕੀਤਾ ਹੈਗਾ, ਔਰ ਗੁਰੂ ਸਾਹਿਬ ਦੇ ਨਾਲ ਗੁਰਦੁਆਰਾ ਸਾਹਿਬ ਦੇ ਨਾਲ ਸਾਡੀ ਨਾਨਕ ਬਾਬਾ ਜੀ ਦੀ ਜਨਮ ਭੂਮੀ ਨਾਲ ਪੰਗਾ ਲਿਆ, ਤਾਂ ਹੋ ਸਕਦਾ ਵੀ ਫਿਰ ਪਾਕਿਸਤਾਨ ਦਾ ਉੱਥੇ ਨਾਮੋ ਨਿਸ਼ਾਨ ਹੀ ਨਾ। ਉਹਦੇ ਵਿੱਚ ਅਸੀਂ 10 ਤਰੀਕ ਨੂੰ ਸਵੇਰੇ 11 ਵਜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਅਰਦਾਸ ਕਰਕੇ ਉੱਥੋਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਫੀਲਡਗੰਜ ਜਿਹੜਾ ਇਮਾਮ ਬੈਠਦੇ ਹੈਗੇ ਆ ਉੱਥੇ ਜੀ ਇਹਨਾਂ ਦੀ ਮਸਜਿਦ ਹੈਗੀ ਆ ਉੱਥੇ ਜਾ ਕੇ ਅਸੀਂ ਜ਼ਰੂਰ ਅਲਾਂਬਾ ਦੇਣ ਜਾਵਾਂਗੇ। ਔਰ ਮੈਂ ਸਾਰਿਆਂ ਨੂੰ ਕਹਿਣਾ ਹੈਗਾ ਵੀ ਪਾਰਟੀਬਾਜ਼ੀ ਦੀ ਨਹੀਂ ਗੱਲ ਇੱਥੇ ਸਮਾਜ ਦੀ ਗੱਲ ਹੈਗੀ ਆ, ਇੱਥੇ ਧੀਆਂ ਭੈਣਾਂ ਦੀ ਗੱਲ ਹੈਗੀ ਆ, ਇੱਥੇ ਬਾਬੇ ਨਾਨਕ ਦੀ ਗੱਲ ਹੈਗੀ ਆ ਜਿਹਦਾ ਅਸੀਂ 550 ਸਾਲਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹੈਗੇ ਆ। ਉਹ ਇੱਕ ਜੁੱਟਤਾ ਦਾ ਇੱਕ ਮੁੱਠਤਾ ਦਾ ਸਬੂਤ ਦਿੰਦੇ ਹੋਏ ਇਹਦੇ ਖਿਲਾਫ ਇਕੱਠੇ ਦੇਖੋ। ਇਹ ਗੱਲ ਸਾਡੇ ਸਾਹਮਣੇ ਨਹੀਂ ਆਈ, ਔਰ ਪਿੱਛੇ ਇੱਕ ਬਿਹਾਰ ਦੇ ਵਿੱਚ ਗੁਰਦੁਆਰਾ ਸਾਹਿਬ ਗਿਆ ਦੇ ਵਿੱਚ ਉਹਦੀ ਆਇਆ ਸੀਗਾ ਵੀ ਉਹਦਾ ਬੰਦੋਬਸਤ ਸਹੀ ਨਹੀਂ ਹੈ, ਉਹਦੇ ਲਈ ਅਸੀਂ ਆਪਦੇ ਜਿਹੜੇ ਬੰਦੇ ਨੇ ਉਹ ਭੇਜੇ ਨੇ ਅਤੇ ਉਹਦੀ ਤਿਆਰੀ ਉਹਦੀ ਮੁਰੰਮਤ ਜਾਂ ਉਹਦੀ ਰੱਖ ਰਖਾਵ ਜਾਂ ਕਿਵੇਂ ਹੋਵੇ ਉਹ ਸਿੱਖ ਅਸੂਲਾਂ ਦੇ ਮੁਤਾਬਕ ਕਰਾਉਣ ਦਾ ਯਤਨ ਕਰ ਦੇਖੋ। ਉਹਨਾਂ ਦਾ ਮੁਲਕ ਹੈ ਜੀ, ਔਰ ਜਿਹੜਾ ਮੁਗਲ ਨੇ ਉਹਨਾਂ ਦਾ ਜਿਹੜਾ ਉਹ ਹਮੇਸ਼ਾ ਉਹਨਾਂ ਨੇ ਅੱਤਿਆਚਾਰ ਕੀਤਾ। ਆਹ ਜਿਹੜੀ ਘਟਨਾ ਹੈਗੀ ਆ ਇਹ ਜਿਹੜੇ ਆਪਾਂ ਸਰਬੰਸ ਦਾ ਨਹੀਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਦਿਹਾੜਾ ਮਨਾ ਕੇ ਹਟੇ ਹਾਂ, ਕਿਵੇਂ ਆ ਪਿਛਲੇ ਦਿਨਾਂ ਦੇ ਵਿੱਚ ਚਮਕੌਰ ਸਾਹਿਬ ਦੇ ਵਿੱਚ ਜਿਹੜੇ ਬੱਚੇ ਨੇ ਛੋਟੇ ਵੱਡੇ ਸਾਹਿਬਜ਼ਾਦੇ ਫਿਰ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਹੈਗੇ ਆ। ਔਰ ਮੈਂ ਕਹਿੰਦਾ ਵੀ ਇੱਕ ਪਾਸੇ ਤਾਂ ਅਸੀਂ 550 ਸਾਲਾਂ ਪ੍ਰਕਾਸ਼ ਪੁਰਬ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਦਾ ਮਨਾ ਰਹੇ ਹਾਂ, ਦੂਜੇ ਪਾਸੇ ਸਾਨੂੰ ਇਹ ਉਹ ਯਾਦਾਂ ਦਵਾਈਆਂ ਜਾ ਰਹੀਆਂ ਵੀ ਕਿਵੇਂ ਤੁਹਾਡੇ ਬੱਚੇ ਸ਼ਹੀਦ ਕੀਤੇ ਸੀ ਔਰ ਕਿਵੇਂ ਤੁਹਾਡੇ ਸਾਹਿਬਜ਼ਾਦੇ ਅਸੀਂ ਨੀਹਾਂ 'ਚ ਚਿਣੇ ਸੀ। ਇਸ ਕਰਕੇ ਜ਼ਖਮ ਜਿਹੜੇ ਹੈਗੇ ਆ ਖਰੀਦਣ ਦਾ ਯਤਨ ਨਾ ਕਰਨ। ਔਰ ਮੈਨੂੰ ਲੱਗਦਾ ਹੈਗਾ ਵੀ ਉਹ ਤਾਂ ਕਹਿੰਦੇ ਕੋਰੀਡੋਰ ਵੀ ਜਿਹੜਾ ਪਾਕਿਸਤਾਨ ਵਿਚਲਾ ਕਸ਼ਮੀਰ ਆ ਉਹ ਵੀ ਸਾਡਾ, ਅਤੇ ਹੋ ਸਕਦਾ ਹੈਗਾ ਵੀ ਜਿਹੜੇ ਨਨਕਾਣਾ ਸਾਹਿਬ ਦੇ ਉਹ ਪਥਰਾ ਕਰ ਰਹੇ ਹੈਗੇ ਆ ਅਤੇ ਵੀ ਇਹ ਸਾਰਾ ਕੁਝ ਸਾਨੂੰ ਦੇ ਕੇ ਹੀ ਨਾ ਛੁੱਟਣ। ਦੇਖੋ ਜਿਹਦੇ ਵਿੱਚ ਬਾਬੇ ਨਾਨਕ ਦਾ ਖੂਨ ਆ, ਜਿਹੜਾ ਬਾਬੇ ਨਾਨਕ ਨੂੰ ਮੰਨਦਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਔਰ ਪਹਿਲਾਂ ਸਾਡਾ ਸਾਰਿਆਂ ਦਾ ਸ਼ਾਂਤੀਪੂਰਵਕ ਬਾਬਾ ਜੀ ਦਾ ਨਾਂ ਲੈਂਦੇ ਹੋਏ ਕਿ ਸਾਰਿਆਂ ਨੂੰ ਇੱਥੇ ਜਿਹੜੇ ਵੱਸਦੇ ਆ ਜਿਨ੍ਹਾਂ ਦੇ ਰਿਸ਼ਤੇਦਾਰ ਉੱਥੇ ਰਹਿੰਦੇ ਆ ਜਿਨ੍ਹਾਂ ਦੀਆਂ ਇਹਨਾਂ ਉਹ ਕਰਤੂਤਾਂ ਨੇ ਉਹਨਾਂ ਨੂੰ ਅਲਾਂਬਾ ਦੇਣਾ ਬਣਦਾ। ਇਹ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਹੀ ਦੇ ਸਕਦਾ ਹੈਗਾ, ਇਹ ਉਹ ਜ਼ਿੰਮੇਵਾਰ ਆ, ਕੈਪਟਨ ਦੀ ਜਗ੍ਹਾ ਮੈਂ ਨਹੀਂ ਬੋਲਣਾ ਹੈਗਾ। ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ ਉਹ ਚੁੱਪ ਹੋਇਆ ਬੈਠਾ ਹੈਗਾ ਵੀ ਹੁਣ ਉਹਨੂੰ ਪੁੱਛਦੇ ਆ ਵੀ ਟੈਲੀਫੋਨ ਦੀਆਂ ਤਾਰਾਂ ਟੁੱਟ ਗਈਆਂ, ਉਹ ਕਿੱਧਰ ਗਿਆ ਕਨੈਕਸ਼ਨ, ਜਿਹੜਾ ਕਹਿੰਦਾ ਸੀ ਇਮਰਾਨ ਮੇਰਾ ਯਾਰ, ਇਮਰਾਨ ਮੇਰਾ ਯਾਰ, ਔਰ ਵੱਡੀਆਂ ਵੱਡੀਆਂ ਰੈਲੀਆਂ ਦੇ ਵਿੱਚ ਕਸੀਦੇ ਪੜ੍ਹਦਾ ਸੀ
ਅੱਜ ਇੱਕ ਧੀ ਦੀ ਆਬਰੂ ਉੱਥੇ ਜਿਹੜੀ ਹੈਗੀ ਆ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਹੋ ਰਹੀ ਹੈਗੀ ਆ। ਔਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ 'ਤੇ ਪਥਰਾ ਹੋ ਰਿਹਾ ਹੈਗਾ, ਅਤੇ ਹੁਣ ਉਹ ਜਿਹੜੀ ਖੁੱਡ 'ਚ ਬੜਿਆ ਹੈਗਾ ਉੱਥੋਂ ਨਿਕਲ ਕੇ ਬਾਹਰ ਆਵੇ ਅਤੇ ਦੱਸੇ ਵੀ ਕੀ ਗੱਲ ਕੀ ਫੀਲ ਕਰਦਾ ਸਿੱਖ ਜਿੱਦਾਂ ਦੇਖਿਆ ਜਾਵੇ ਵੀ ਪਾਕਿਸਤਾਨ ਦੇ ਵਿੱਚ ਨਹੀਂ ਕੰਟਰੋਲ 'ਚ ਆਉਂਦੇ ਮੁਸਲਿਮ ਭਾਈਚਾਰਾ ਜਿੱਦਾਂ ਸਿੱਖਾਂ 'ਤੇ ਹਮਲਾ ਕਰ ਰਹੇ ਲਗਾਤਾਰ, ਜੇ ਅਗਰ ਨਹੀਂ ਮੁੜਦੇ ਤਾਂ ਉਸ ਤੋਂ ਅਗਲੇ ਕਦਮ ਤੁਹਾਡੇ ਪੰਜਾਬ 'ਚ ਕੀ ਹੈ? ਦੇਖੋ ਜੀ, ਗੱਲ ਇਹ ਆ ਵੀ ਅਸੀਂ ਤਾਂ ਅਲਾਂਬਾ ਦੇਣਾ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ, ਸੈਂਟਰ ਦੇ ਵਿੱਚ ਸਾਡੇ ਗ੍ਰਹਿ ਮੰਤਰੀ ਮਾਨਯੋਗ ਸ਼੍ਰੀ ਅਮਿਤ ਸ਼ਾਹ ਜੀ ਨੇ, ਔਰ ਸਟੇਟ ਹੋਮ ਮਿਨਿਸਟਰ ਮੇਰਾ ਕਰੀਬੀ ਮਿੱਤਰ ਸ਼੍ਰੀ ਜੀ ਕੇ ਰੈਡੀ ਜਿਹੜੇ ਕਿ ਸਾਡੇ ਯੁਵਾ ਮੋਰਚੇ ਦੇ ਪ੍ਰਧਾਨ ਨੇ, ਉਹ ਨੇ ਉਹ ਸਾਰੇ ਮਜ਼ਬੂਤ ਬੰਦੇ ਨੇ ਜਿਹੜੇ ਫੈਸਲੇ ਪਿਛਲੇ ਸਮੇਂ 'ਚ ਲਏ ਆ, ਔਰ ਜਿਹੜੇ ਠੋਕ ਵਜਾ ਕੇ ਲਏ ਆ, ਚਾਹੇ ਉਹ ਆਰਟੀਕਲ 370 ਦਾ ਸੀ, ਚਾਹੇ 35A ਦਾ ਸੀ, ਚਾਹੇ CAB ਲਾਗੂ ਹੋ ਰਹੀ ਆ, ਚਾਹੇ CAA ਦਾ ਹੋ ਰਿਹਾ ਹੈਗਾ। ਅਤੇ ਪਾਕਿਸਤਾਨ ਨੂੰ ਭੁਲੇਖ 'ਚ ਨਹੀਂ ਰਹਿਣਾ ਚਾਹੀਦਾ ਹੈਗਾ ਵੀ ਹਕੂਮਤਾਂ ਬਦਲ ਗਈਆਂ, ਉਹ 70 ਸਾਲ ਵਾਲੇ ਉਹ ਨਹੀਂ ਹੈਗੇ ਜਿਹੜੇ ਹੱਥ ਜੋੜ ਕੇ ਕਹਿੰਦੇ ਸੀਗੇ ਜੀ ਵੀ ਬਖਸ਼ ਲਓ, ਪਾਕਿਸਤਾਨ ਵਾਲੇ ਨੂੰ ਕਹਿੰਦੇ ਸੀ ਬਖਸ਼ ਲਓ, ਔਰ ਪਾਕਿਸਤਾਨ ਨੂੰ ਬਹੁਤ ਵੱਡਾ ਮੁਲਕ ਮੰਨਦੇ ਸੀ। ਸਰਕਾਰ ਬਦਲ ਗਈ ਹੈਗੀ ਆ, ਔਰ ਭੁਲੇਖੀ 'ਚ ਨਾ ਰਹੇ, ਉਹਦਾ ਅਫਜ਼ਾਨਾ ਭੁਗਤਣਾ ਪਊਗਾ। ਮੈਂ ਚਮਕੌਰ ਸਿੰਘ ਪੰਧੇਰ, ਦਿਹਾਤੀ ਦਾ, BJP ਦਾ ਜ਼ਿਲ੍ਹਾ ਸੈਕਟਰੀ ਹੋਣ ਦੇ ਨਾਤੇ ਮੈਨੂੰ ਇਹ ਕਹਿੰਦੇ ਹੋਏ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜੋ ਪਾਕਿਸਤਾਨੀਆਂ ਨੇ ਕੱਲ੍ਹ ਨਹਾਇਤ ਹੀ ਮਾੜੀ ਹਰਕਤ ਕੀਤੀ ਆ, ਕਿਉਂਕਿ ਪੂਰੇ ਵਰਲਡ ਦੇ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਨੇ, ਕੋਈ ਵੀ ਇੱਕ ਦੂਜੇ ਦੇ ਧਰਮ ਬਾਰੇ, ਧਰਮ ਦੇ ਖਿਲਾਫ ਇੱਦਾਂ ਦੀ ਹਰਕਤ ਕਰਦਾ ਮੈਂ ਨਹੀਂ ਕਿਤੇ ਦੇਖਿਆ। ਸਾਡੇ ਹਿੰਦੁਸਤਾਨ ਨੂੰ ਬਹੁਤ ਧਰਮਾਂ ਦਾ ਮੁਲਕ ਮੰਨਿਆ ਜਾਂਦਾ, ਇੱਥੇ ਸਾਰੇ ਹਿੰਦੂ, ਮੁਸਲਿਮ, ਸਿੱਖ, ਈਸਾਈ ਬੜੇ ਪਿਆਰ ਨਾਲ ਰਹਿੰਦੇ ਨੇ, ਪਰ ਪਾਕਿਸਤਾਨ ਦੇ ਵਿੱਚ ਇਹੋ ਜਿਹੀਆਂ ਨਪਾਕ ਹਰਕਤਾਂ ਕਰਕੇ ਕਹਿ ਦੇਣਾ ਗੁਰਦੁਆਰਾ ਸਾਹਿਬ ਦੇ ਉੱਤੇ ਪਥਰਾ ਕਰਨਾ, ਔਰ ਕਹਿਣਾ ਕਿ ਅਸੀਂ ਨਨਕਾਣਾ ਸਾਹਿਬ ਦਾ ਨਾਮ ਬਦਲ ਦੇਣਾ, ਇਹ ਕਿਹਨੂੰ ਕਹਿ ਰਹੇ ਨੇ? ਕਿਉਂਕਿ ਇੱਕ ਸਰਦਾਰ ਕੌਮ, ਸਿੱਖ ਸਰਦਾਰ, ਜਿਨ੍ਹਾਂ ਦੇ ਕਰਕੇ ਮੇਰਾ ਖਿਆਲ ਆ ਪਤਾ ਨਹੀਂ ਜਿਹਨੇ ਕਿੰਨੀਆਂ ਧੀਆਂ ਭੈਣਾਂ ਦੀਆਂ ਆਵਰੂਆਂ ਇੱਜ਼ਤਾਂ ਬਚਾਈਆਂ ਹੋਈਆਂ ਨੇ, ਉਹਨਾਂ ਦੇ ਧਾਰਮਿਕ ਅਕੀਦੇ ਦੇ ਉੱਤੇ ਇਸ ਤਰ੍ਹਾਂ ਦੇ ਪਥਰਾਵਾਜੀ ਕਰਨੀ ਬਹੁਤ ਹੀ ਇੱਕ ਮਾੜਾ ਕੰਮ ਆ। ਅਤੇ ਮੈਂ ਆਪਦੇ ਦਿਲ ਦੇ ਵਿੱਚੋਂ ਹੂਕ ਕੱਢਦਾ ਹੋਇਆ ਇਹ ਗੱਲ ਕਹੂੰਗਾ ਕਿ ਇੱਕ ਪਾਸੇ ਤਾਂ ਅਸੀਂ ਖੁਸ਼ੀ ਮਨਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੇ 550 ਸਾਲੇ ਮਨਾ ਰਹੇ ਹਾਂ, ਇੱਕ ਪਾਸੇ ਤੁਸੀਂ ਡਰਾਮਾ ਕਰ ਰਹੇ ਹੋ ਅਸੀਂ ਕੋਰੀਡੋਰ ਬਣਾਤਾ ਜੀ। ਕਿਹੜਾ ਕੋਰੀਡੋਰ ਬਣਾਤਾ ਇਹੋ ਜਿਹਾ? ਕੀ ਲੋੜ ਆ ਇਹੋ ਜਿਹੇ ਕੋਰੀਡੋਰਾਂ ਦੀ ਜੇ ਤੁਸੀਂ ਸਾਡੇ ਗੁਰੂਆਂ ਦੇ ਇਹੋ ਜਿਹੇ ਧਾਰਮਿਕ ਅਕੀਦਿਆਂ ਦੇ ਉੱਤੇ ਪਥਰਾਵਾਜੀ ਕਰਨੀ ਆ? ਕਿੱਥੇ ਅੱਜ ਸਿੱਧੂ ਜਿਹੜਾ ਕਹਿੰਦਾ ਸੀ ਮੇਰਾ ਯਾਰ ਆ? ਕਿੱਥੇ ਅੱਜ ਇਮਰਾਨ ਖਾਨ ਜਿਹੜਾ ਕਹਿੰਦਾ ਸੀ ਇਹ ਸਿੱਖਾਂ ਦਾ ਮੱਕਾ ਮਦੀਨਾ? ਅੱਜ ਉਹਨੂੰ ਮੱਕਾ ਮਦੀਨਾ ਦਿਖਦਾ ਨਹੀਂ ਦਿਖਿਆ? ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ, ਉਹ ਸਾਰੇ ਅਰੈਸਟ ਹੋਣੇ ਚਾਹੀਦੇ ਆ, ਔਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸਿੱਖ ਕੌਮ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ। ਸ਼੍ਰੀ ਨਨਕਾਣਾ ਸਾਹਿਬ ਵਿਖੇ ਹੋਏ ਹਮਲੇ ਨੂੰ ਲੈ ਕੇ ਹੀ ਲੁਧਿਆਣਾ ਘੰਟਾ ਘਰ ਵਿਖੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸਾ ਦੀ ਅਗਵਾਹੀ ਹੇਠ ਇੱਕ ਹੋਰ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪਾਕਿਸਤਾਨ ਦਾ ਪੁਤਲਾ ਵੀ ਫੂਕਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਇਹ ਇਲਜ਼ਾਮ ਲਗਾਏ ਕਿ ਇੱਕ ਪਾਸੇ ਸ਼੍ਰੀ ਕਰਤਾਰਪੁਰ ਲਾਂਘਾ ਖੋਲ੍ਹ ਕੇ ਨਾਨਕ ਨਾਮ ਨਿਵਾਸ ਸਿੱਖ ਸੰਗਤ ਨੂੰ ਪਾਕਿਸਤਾਨ ਨੇ ਵੱਡੀ ਖੁਸ਼ੀ ਦਿੱਤੀ ਹੈ ਅਤੇ ਦੂਸਰੇ ਪਾਸੇ ਇਹ ਅਜਿਹਾ ਕਦਮ ਚੱਕਿਆ ਹੈ ਉਹਨਾਂ ਨੇ ਜਿਸ ਨਾਲ ਉਹ ਆਪਣੀਆਂ ਗਲਤ ਨੀਤੀਆਂ ਨੂੰ ਅਤੇ ਗਲਤ ਨੀਅਤ ਨੂੰ ਸਾਫ਼ ਦਰਸਾ ਰਹੇ ਨੇ। ਉਹਨਾਂ ਨੇ ਇਸ ਮੌਕੇ ਜੰਮ ਕੇ ਮੁਹੰਮਦ ਹਸਨ ਨੂੰ ਵੀ ਨਿਸ਼ਾਨੇ 'ਤੇ ਲਿਆ ਜਿਸ ਨੇ ਧਰਮਾਂ ਨੂੰ
ਤੋੜਨ ਦਾ ਕੰਮ ਕੀਤਾ। ਨਿੰਦਣਯੋਗ ਘਟਨਾ ਹੋਈ ਹੈ, ਨਨਕਾਣਾ ਸਾਹਿਬ ਤੇ ਹਮਲਾ, ਇਹ 1984 ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਆਇਆ ਸੀ ਸੇਮ ਉਹੀ ਤਰਜ਼ ਦੇ ਕੰਮ ਹੋਇਆ। ਹਸਨ ਨਾਮ ਦਾ ਇੱਕ ਕੁੱਤਾ, ਜਿਹੜਾ ਅਸੀਂ ਮੁਸਲਮਾਨ ਨਹੀਂ ਕਹਿੰਦੇ, ਕਾਫਿਰ ਹੁੰਦਾ ਜਿਹੜਾ, ਕਿਉਂਕਿ ਸੱਚਾ ਮੁਸਲਮਾਨ ਹੁੰਦਾ ਜਿਹੜਾ ਹਰ ਧਰਮ ਦੀ ਜਿਹੜੀ ਸੁਰੱਖਿਆ ਦੀ ਗੱਲ ਕਰਦਾ, ਧਰਮ ਦੀ ਗੱਲ ਕਰਦਾ, ਉਹ ਕਾਫਿਰ ਨੇ 7 ਘੰਟੇ ਕੁੱਤਾ ਖੁੱਲ੍ਹਾ ਘੁੰਮਦਾ ਰਿਹਾ। ਪਰ ਪਾਕਿਸਤਾਨ ਸਰਕਾਰ ਨੇ ਕੁਛ ਵੀ ਨਹੀਂ ਕੀਤਾ। 7 ਘੰਟੇ ਬਾਅਦ 12 ਵਜੇ ਪਾ ਰਹੇ ਕਿ ਮਸਲਾ ਸਾਡਾ ਹੱਲ ਹੋ ਗਿਆ। ਇੱਦਾਂ ਕਿੱਦਾਂ ਮਸਲਾ ਹੱਲ ਹੋ ਗਿਆ? ਤੁਸੀਂ ਗੁਰਦੁਆਰੇ 'ਤੇ ਹਮਲਾ ਕਰੋ, ਤੁਸੀਂ ਕੀਰਤਨ ਰੋਕਿਆ ਜਾਵੇ, ਇਸ ਤੋਂ ਮਾੜੀ ਘਟਨਾ ਨਹੀਂ ਹੋ ਸਕਦੀ। ਪਾਕਿਸਤਾਨ ਨੇ ਹਮੇਸ਼ਾ ਹੀ ਡਬਲ ਸਟੈਂਡਰਡ ਦੀ ਗੱਲ ਕੀਤੀ। ਇੱਕ ਪਾਸੇ ਕਰਤਾਰਪੁਰ ਸਾਹਿਬ ਦਾ ਰਸਤਾ ਖੁੱਲ੍ਹ ਗਿਆ, ਦੂਜੇ ਪਾਸੇ ਨਨਕਾਣਾ ਸਾਹਿਬ 'ਤੇ ਹਮਲਾ ਕਰਾਇਆ, ਉਹਦੇ ਪਿੱਛੇ ਸਾਜਿਸ਼ ਕੀ ਆ, ਉਹਦੀ ਇੰਨੀ ਹਿੰਮਤ ਕਿਉਂ ਪਈ? ਇਹ ਅਸੀਂ ਵਰਲਡ ਲੈਵਲ ਦੇ ਸਿੱਖਾਂ ਤੋਂ, ਸਮੂਹ ਧਰਮਾਂ ਦੇ ਲੋਕਾਂ ਤੋਂ ਬੇਨਤੀ ਕਰਾਂਗੇ ਕਿ ਪ੍ਰੈਸ਼ਰ ਬਣਾਇਆ ਜਾਵੇ, ਜਿਹੜਾ ਇਹ ਕੁੱਤੇ ਨੇ ਇਹੋ ਜਿਹਾ ਕੰਮ ਕੀਤਾ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ। ਜਿਹੜੇ ਉਹਦੇ ਨਾਲ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਸਜ਼ਾ ਦਿੱਤੀ, ਉਹ ਮੁਸਲਮਾਨਾਂ ਦੇ ਨਾਲ ਆ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ, ਅੱਜ ਵੀ ਸਾਡੇ ਨਾਲ ਖੜ੍ਹੇ ਆ। ਅਤੇ ਮੈਂ ਸਮਝਦਾ ਉਹਦੇ ਪਿੱਛੇ ਕਾਰਨ ਪਾਕਿਸਤਾਨ ਦੀ ਮਨਸ਼ਾ ਕਲੀਅਰ ਹੁੰਦੀ, ਉਹ ਡਬਲ ਸਟੈਂਡਰਡ ਹੈ। ਕੀ ਲੱਗਦਾ ਤੁਹਾਨੂੰ ਕਿ ਜਿਹੜੇ ਬੰਦੇ ਦੇ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਹਨਾਂ 'ਤੇ ਕਾਰਵਾਈ? ਇਹ ਕਾਰਵਾਈ ਕਰਨ 'ਤੇ ਗੋਂਗਲੋ ਤੋਂ ਮਿੱਟੀ ਲਾ ਰਿਹਾ, ਸਾਜਿਸ਼ ਹੈ ਪਾਕਿਸਤਾਨ ਦੀ। ਪਾਕਿਸਤਾਨ ਨੇ ਹਮੇਸ਼ਾ ਡਬਲ ਸਟੈਂਡਰਡ ਦੀ ਗੱਲ ਕੀਤੀ ਆ। ਅੱਜ ਪਾਕਿਸਤਾਨ ਇਮਰਾਨ ਖਾਨ ਨੂੰ ਮੈਂ ਕਹਿੰਦਾ, ਅੱਜ ਸਿੱਧੂ ਨੂੰ ਵੀ ਕਹਿੰਦਾ, ਜਿਹੜਾ ਆਪਣੀਆਂ ਕਹਿੰਦਾ ਸੀ ਮੇਰਾ ਦੋਸਤ ਹੈ, ਅੱਜ ਕਿਉਂ ਨਹੀਂ ਬੋਲਿਆ? ਕਾਂਗਰਸ ਸਰਕਾਰ ਅੱਜ ਕਿਉਂ ਨਹੀਂ ਬੋਲੀ? ਰਾਹੁਲ ਗਾਂਧੀ ਨੂੰ ਟਵੀਟ ਨਹੀਂ ਅੱਜ ਕਰਨ ਨੂੰ ਯਾਦ ਆਈ? ਜੇ ਗਾਂਧੀ ਦੇ ਪੁਤਲੇ 'ਤੇ ਕਾਲਕ ਮਿਲੀ ਸੀ ਤਾਂ ਉਹਨੂੰ ਟਵੀਟ ਯਾਦ ਆ ਗਈ ਸੀ, ਕੈਪਟਨ ਨੂੰ ਵੀ ਆ ਗਈ ਸੀ। ਅੱਜ ਕੈਪਟਨ ਸਾਹਿਬ ਬੋਲੇ ਆ, ਅਸੀਂ ਤਾਂ ਕਹਿੰਦੇ ਕੈਪਟਨ ਨੂੰ ਪੰਜਾਬ ਸਾਰੇ ਹਿੰਦੁਸਤਾਨ ਦਾ ਕਾਂਗਰਸ ਦਾ ਪ੍ਰਧਾਨ ਬਣਾ ਦਿਓ, ਤੁਹਾਡੇ 'ਚ ਦਮ ਹੀ ਨਹੀਂ ਰਿਹਾ ਨਾ ਸੋਨੀਆ ਗਾਂਧੀ ਨੂੰ ਯਾਦ ਆਈ ਨਾ ਕਿਸੇ ਨੂੰ, ਕਿਉਂਕਿ ਇਹਨਾਂ ਨੇ ਆਪ ਗੁਰਦੁਆਰਿਆਂ 'ਤੇ ਹਮਲਾ ਕੀਤਾ ਸੀ ਅਤੇ ਅੱਜ ਉਹੀ ਸੇਮ ਚੀਜ਼ ਚੱਲ ਰਹੀ ਹੈ। ਸੇਮ ਉਹਨਾਂ ਦੀ ਮਨਸ਼ਾ ਸਹੀ ਪਤਾ ਲੱਗ ਰਹੀ ਹੈ ਕਾਂਗਰਸ ਦੀ ਅਤੇ ਪਾਕਿਸਤਾਨ ਸੇਮ ਇੱਕ ਚੀਜ਼ ਆ। ਦੇਖੋ ਹਰ ਜਗ੍ਹਾ 'ਤੇ ਮੈਂ ਤੁਹਾਨੂੰ ਇਹ ਗੱਲ ਕਹਿੰਦਾ, ਪਾਕਿਸਤਾਨ 'ਚ ਹਮਲਾ ਆਇਆ, ਚਾਹੇ ਗੁਰੂ ਘਰ 'ਚ ਕਿਸੇ ਵੀ ਦੁਨੀਆ ਦੇ ਵਿੱਚ ਬੈਠਾ, ਚਾਹੇ ਹਿੰਦੁਸਤਾਨ 'ਤੇ ਬੈਠਾ, ਘੱਟ ਗਿਣਤੀਆਂ ਦੀ ਸੁਰੱਖਿਆ ਕਰਨਾ ਸਰਕਾਰ ਦਾ ਫਰਜ਼ ਬਣਦਾ। ਪਰ ਘੱਟ ਗਿਣਤੀਆਂ 'ਚ ਸੁਰੱਖਿਆ ਨਹੀਂ ਮਹਿਸੂਸ ਕਰ ਰਹੀਆਂ। ਅਸੀਂ ਪਾਕਿਸਤਾਨ ਦੀ ਮਨਸ਼ਾ ਕਲੀਅਰ ਹਮੇਸ਼ਾ ਕਹਿੰਦੇ ਸੀ, ਪਾਕਿਸਤਾਨ ਡਬਲ ਸਟੈਂਡਰਡ ਦਾ ਅੱਜ ਦੇਖ ਗਿਆ, ਕਲੀਅਰ ਦੇਖ ਰਿਹਾ। ਅਤੇ ਅੱਜ ਵਰਲਡ ਲੈਵਲ, ਅੱਜ ਇਹ ਮਾਫ਼ ਕਰਨ ਵਾਲੀ ਗੱਲ ਨਹੀਂ ਕੀਤੀ ਉਹਨੇ ਕਿ ਇਹ ਗੱਲ ਖਤਮ ਹੋ ਜੂਗੀ, ਇਹ ਉਹਨੂੰ ਅੱਜ ਚੌਂਕ ਦੇ ਵਿੱਚ ਖੜ ਕੇ ਉਹਨੂੰ ਜੁੱਤੀਆਂ ਮਾਰੀਆਂ ਜਾਣ ਤਾਂ ਜੋ ਪਤਾ ਲੱਗ ਸਕੇ ਵੀ ਪਾਕਿਸਤਾਨ ਸਰਕਾਰ ਦੀ ਮਨਸ਼ਾ ਕੀ ਹੈ। ਇਹ ਪੂਰਾ ਮੁਸਲਿਮ ਸਮਾਜ ਕੜੇ ਸ਼ਬਦੋਂ ਮੇਂ ਨਿੰਦਾ ਕਰਤਾ ਹੈ, ਔਰ ਮੈਂ ਕਹਿਤਾ ਹੂੰ ਕਿ ਜੋ ਮੁਹੰਮਦ ਹਸਨ ਨਾਮ ਕਾ ਆਦਮੀ ਹੈ, ਇਸਕੋ ਮੁਹੰਮਦ ਔਰ ਹਸਨ ਆਪਣਾ ਨਾਮ ਹਟਾ ਕਰ ਵਿਦਰੋਹੀ ਉਪਦਰਵੀ ਕੁੱਤਾ ਰੱਖ ਲੈਣਾ ਚਾਹੀਏ, ਕਿਉਂਕਿ ਇਹ ਸਿੱਖ ਔਰ ਮੁਸਲਿਮ ਭਾਈਚਾਰੇ ਕੇ ਅੰਦਰ ਇੱਕ ਉਪਦਰ ਫੈਲਾ ਰਹਾ ਹੈ। ਹਮਾਰਾ ਭਾਈਚਾਰਾ ਇੱਕ ਜੋ ਹੈ, ਮਤਲਬ ਇੱਕ ਮਿਸਾਲ ਰਹਾ ਹੈ, ਹਿੰਦੂ ਸਿੱਖ ਮੁਸਲਿਮ ਭਾਈਚਾਰਾ ਇੱਕ ਮਿਸਾਲ ਰਹਾ ਹੈ। ਇਸ ਤਰ੍ਹਾਂ ਕੇ ਉਪਦਰਵੀ ਲੋਕ ਜੋ ਹੈ ਇਸ ਭਾਈਚਾਰੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈ, ਔਰ ਮੈਂ ਇਮਰਾਨ ਖਾਨ ਸੇ ਵੀ ਔਰ ਪਾਕਿਸਤਾਨ ਕੀ ਆਵਾਮ ਸੇ ਇਸ ਬਾਤ ਕੀ ਅਪੀਲ ਕਰਤਾ ਹੂੰ ਹਿੰਦੁਸਤਾਨ ਕੇ ਮੁਸਲਮਾਨੋ ਕੀ ਤਰਫ ਸੇ ਕਿ ਉਹ ਇਸ ਉਪਦਰਵੀ ਕੋ ਪਕੜੇ ਔਰ ਵਹਾਂ ਕੀ ਆਵਾਮ ਆਪਣੇ ਹਾਥੋਂ ਸੇ ਇਸਕੋ ਸਜ਼ਾ ਦੇ। ਵਹਾਂ ਕੀ ਆਵਾਮ, ਸਰਕਾਰ ਤੋਂ ਜੋ ਸਜ਼ਾ ਦੇਗੀ ਦੇਗੀ, ਬਾਕੀ ਵਹਾਂ ਕੀ ਆਵਾਮ ਵੀ ਇਸ ਉਪਦਰਵੀ ਕੋ ਪਕੜੇ ਔਰ ਆਪਣੇ ਹਾਥੋਂ ਸੇ ਸਜ਼ਾ ਦੇ, ਤਾਂ ਕਿ ਕੋਈ ਆਗੇ ਇਸ ਤਰ੍ਹਾਂ ਕੀ ਜੋ ਹੈ ਭਾਈਚਾਰੇ ਕੋ ਪਾੜਨ ਦੀ ਕੋਸ਼ਿਸ਼ ਨਾ ਕਰੇ, ਆਪਣੇ ਭਾਈਚਾਰੇ ਕੋ ਮਿਟਾਨੇ ਕੀ ਕੋਸ਼ਿਸ਼ ਨਾ ਕਰੇ। ਬਸ ਮੈਂ ਇਹੀ ਕਹਿਣਾ ਚਾਹਤਾ ਹੂੰ ਕਿ ਇਸਕੋ ਕਠਿਨ ਸੇ ਕਠਿਨ ਸਜ਼ਾ ਮਿਲਣੀ ਚਾਹੀਏ। ਗੁਰਪਿਆਰੇ, ਬੇਸ਼ੱਕ ਹੁਣ ਮੁਹੰਮਦ ਹਸਨ ਘਰੇ ਬੈਠ ਕੇ ਮੁਆਫ਼ੀ ਮੰਗ ਰਿਹਾ ਹੋਵੇ, ਪਰ ਉਸ ਨੂੰ ਨਾਨਕ ਨਾਮ ਲੇਵਾ ਸਿੱਖ ਸੰਗਤ ਕਦੇ ਵੀ ਮੁਆਫ਼ ਨਹੀਂ ਕਰ ਸਕਦੀ, ਕਿਉਂਕਿ ਉਸਨੇ ਗਲਤੀ ਨਹੀਂ ਗੁਨਾਹ ਕੀਤਾ ਹੈ ਅਤੇ ਗੁਨਾਹ ਦੀਆਂ ਮੁਆਫ਼ੀਆਂ ਨਹੀਂ ਹੁੰਦੀਆਂ। ਨਨਕਾਣਾ ਸਾਹਿਬ ਦੀ ਹੋਈ ਬੇਅਦਬੀ ਨੇ ਹਰ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਈ ਹੈ। ਹੁਣ ਵੇਖਣਾ ਹੋਵੇਗਾ ਕਿ ਪਾਕਿਸਤਾਨ ਦੀ ਸਰਕਾਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਸ ਦੇ ਉੱਤੇ ਕੀ ਐਕਸ਼ਨ ਲੈਂਦੇ ਨੇ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਈ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।